ਦਾਨ ਦੇ ਪਿਆਰਿਆ ਜੱਗ ਦੇ ਦਾਨ ਦੇ ਪਿਆਰਿਆ ਜਿਵਨ ਹਰ ਤਾਰ ਮੈਂ ਨਿੱਤ ਨਾਰਿਆ ਨਿਖੁੱਟ ਨ ਜਾਈ ਨਿਖੁੱਟ ਨ ਜਾਈ ਅਤੁਲ ਭੰਡਾਰਿਆ ਸਭ ਕੁਝ ਖੁੱਟ ਜਾਏਗਾ ਸਭ ਕੁਝ ਨਿਖੁੱਟ ਜਾਏਗਾ ਪਰ ਨਾਮ ਧਨ ਨਹੀਂ ਖੁੱਟੇਗਾ ਇਹ ਜਿਤਨਾ ਜਪ ਲੈ ਜਿਤਨਾ ਵਰਤਾ ਲੈ ਇਹ ਘਟੇਗਾ ਨਹੀਂ ਫਿਰ ਇਸ ਧਨ ਨੂੰ ਕੋਈ ਭਉ ਨਹੀਂ ਵੀ ਚੋਰ ਚੁਰਾ ਲਏਗਾ ਕਿ ਪੌਣ ਉਡਾ ਲੈ ਜਾਏਗੀ ਕਿ ਅਗਨੀ ਸਵਾ ਕਰ ਸਕਦੀ ਹੈ ਨਹੀਂ ਕਿ ਗੁਰ ਕਾ ਬਚਨ ਬਸੇ ਜੀ ਨਾਲੇ ਨਾ ਕਿਸੇ ਬੈਂਕ ਦੇ ਲਾਕਰ ਵਿੱਚ ਰੱਖਣ ਦੀ ਲੋੜ ਹੈ ਨਾ ਘਰ ਕਿਸੇ ਤਿਜੋਰੀ ਵਿੱਚ ਲੱਖ ਰੱਖਣ ਦੀ ਲੋੜ ਹੈ ਨਾ ਕਿਸੇ ਥਾਵੇਂ ਦਬ ਕੇ ਰੱਖਣ ਦੀ ਜ਼ਰੂਰਤ ਹੈ ਬਈ ਇਹ ਤਾਂ ਜੀ ਦੇ ਨਾਲ ਹੈ ਤੇਰੇ ਆਪਣੇ ਨਾਲ ਜਿੱਥੇ ਤੂੰ ਰਹਿੰਦਾ ਬਸ ਇੱਕੋ ਹੀ ਥਾਂ ਹੈ ਤੂੰ ਮਿਟ ਜਾਏ ਤਾਂ ਨਾਮ ਪ੍ਰਗਟ ਹੋ ਜਾਏ ਅਸੀਂ ਮਿਟਦੇ ਨਹੀਂ ਨਾ ਮਿਟਾਉਂਦੇ ਨਹੀਂ ਆਪ ਨੂੰ ਦਾਣਾ ਮਿਟਿਆ ਨਹੀਂ ਕੁਛ ਬਣਿਆ ਹੀ ਨਹੀਂ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੀਏ ਮਿਟਾ ਬਈ ਆਪਣੇ ਆਪ ਨੂੰ ਜੇ ਮਿਟ ਜਾਏ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਜ਼ਰੀ ਆਇਆ ਏਡੀ ਵੱਡੀ ਦਾਤ ਅਸੀਂ ਚਾਹੁੰਦੇ ਹਾਂ ਮਿਲ ਜਾਏ ਪਰ ਆਪ ਨੂੰ ਨਾ ਮਿਟਾਈਏ ਆਪ ਉਸੇ ਤਰ੍ਹਾਂ ਬਣੇ ਤਣੇ ਰਹੀਏ ਬਾਬਾ ਜੀ ਆਖਦੇ ਸਨ ਮੈਂ ਮੇਰੀ ਨੂੰ ਮਾਰ ਕੇ ਮੁੰਹੋਂ ਨਿੱਕਾ ਕੁੱਟ ਮੈਂ ਮੇਰੀ ਨੂੰ ਮਾਰ ਕੇ
ਮੁੰਨਿਓ ਨਿੱਕਾ ਕੁੱਟ ਪਹਿਲਾਂ ਮੈਂ ਫਿਰ ਆਸ਼ ਹੈ ਮੇਰੀ। ਨਾ ਤੂੰ ਨਾ ਤੇਰੀ ਕੋਈ ਸ਼ੈ, ਇਹ ਸਭ ਕੁਝ ਕੀ ਹੈ? ਇਹ ਉਸ ਕਰਤੇ ਦਾ ਲਾਇਆ ਬਾਗ ਹੈ, ਫੁੱਲ ਬੂਟੇ ਖਿੜੇ ਹਨ, ਤੈਨੂੰ ਸਮਾਂ ਮਿਲਿਆ ਸੈਰ ਕਰਨ ਦਾ, ਕਰ ਬੈਠਾ। ਹੋ ਸਕਦਾ ਹੀ ਤਾਂ ਕਿਸੇ ਬੂਟੇ ਨੂੰ ਪਾਣੀ ਦਿੰਦਾ ਜਾ। ਆ ਕਿਤੇ ਵੱਡੇ ਲੋਕ ਆਉਂਦੇ ਜਾਂਦੇ ਹਨ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ, ਉੱਥੇ ਫਿਰ ਜਾ ਕੇ ਇੱਕ ਇੱਕ ਬੂਟਾ ਲਾਉਂਦੇ। ਉਹ ਫਿਰ ਬੂਟਾ ਜਿਸ ਵੇਲੇ ਫਲਦਾ ਫੁੱਲਦਾ ਤਾਂ ਉਹਨਾਂ ਦੀ ਯਾਦ ਕਾਇਮ ਰਹਿੰਦੀ, ਬਈ ਫਲਾਣਾ ਆਇਆ ਸੀ, ਆਹ ਬੂਟਾ ਉਹ ਲਾ ਗਿਆ। ਤੂੰ ਵੀ ਕੋਈ ਬੂਟਾ ਲਾ ਕੇ ਜਾ, ਕਿਹੜਾ ਬੂਟਾ ਆਪ ਜਪ ਤੇ ਕਿਸੇ ਨੂੰ ਜਪਾ ਦੇ। ਕਿਸੇ ਨੂੰ ਜਪਾਉਣਾ ਇਹ ਬੂਟਾ ਲਾਣਾ, ਜਿਹੜਾ ਆਪ ਜਪਣਾ ਹੈ ਪਾਣੀ ਦੇਣ ਜੋਗਾ ਬਣਨਾ। ਜਿਨ ਆਪ ਨਹੀਂ ਜਪਿਆ ਪਾਣੀ ਕਿੱਥੋਂ ਦੇਵੇਗਾ? ਜਵਾਨੀ ਉਪਦੇਸ਼ ਤਾਂ ਕਰ ਲਏਗਾ, ਪਰ ਜੇ ਉਸ ਜਪਣ ਵਾਲੇ ਨੂੰ ਕਿਤੇ ਕੋਈ ਅੜਚਣ ਪੈ ਗਈ, ਕਿਤੇ ਲੋੜ ਪੈ ਗਈ, ਕਿਤੇ ਉਹ ਰੁਕ ਗਿਆ, ਰੁਕਾਵਟ ਆ ਗਈ, ਉਹ ਫਿਰ ਕਿੱਥੇ ਜਾ ਕੇ ਕੂਕੇਗਾ? ਤੈਨੂੰ ਹੀ ਆਖੇਗਾ ਨਾ। ਤੇ ਗੱਲਾਂ ਨਾਲ ਤਾਂ ਉਹ ਰੁਕਾਵਟ ਦੂਰ ਨਹੀਂ ਹੋਣੀ, ਕੁਛ ਤਾਂ ਪੱਲੇ ਹੋਵੇ ਉਹਦਾ ਰਾਹ ਸੁਖੱਲਾ ਕਰਨ ਵਾਸਤੇ, ਕਿ ਉਸਨੂੰ ਮੰਜ਼ਿਲ ਦਿਖਾਉਣ ਵਾਸਤੇ, ਕਿ ਉਸਦਾ ਕੋਈ ਕਦਮ ਅਗਾਂਹ ਬਣਾਉਣ ਵਾਸਤੇ। ਤੋ ਇਸ ਵਾਸਤੇ ਜਪਣਾ ਤੇ ਜਪਾਉਣਾ, ਜਿਹੜਾ ਨਾਮ ਮੰਗਣਾ ਇਹ ਵੀ ਜਪ ਜਪ ਕੇ ਮੰਗਣਾ। ਮੰਗਣ ਦਾ ਤਰੀਕਾ ਹੀ ਹੈ ਵੀ ਜਪਣਾ, ਜੋ ਜਪਦਾ ਨਹੀਂ ਜਵਾਨੀ ਤੇ ਆਖੇ ਜੀ ਨਾਮਦਾਨ ਬਖਸ਼ੋ। ਇਸ ਜਵਾਨੀ ਕਹਿਣ ਨੂੰ ਕੋਈ ਨਹੀਂ ਸੁਣਦਾ, ਇਸ ਕਹਿਣ ਦੇ ਨਾਲ ਅਮਲ ਹੋਵੇ ਕਿਹੜਾ? ਜਪਣ ਦਾ। ਇਹ ਜਪਣਾ ਤੇ ਉਹ ਪ੍ਰਾਪਤੀ, ਨਾਮ ਜਪਣਾ ਹੋਰ ਗੱਲ ਹੈ, ਨਾਮ ਦੀ ਪ੍ਰਾਪਤੀ ਹੋਰ ਚੀਜ਼ ਹੈ। ਨਾਮ ਪ੍ਰਾਪਤ ਹੋ ਜਾਣਾ, ਨਾਮ ਅੰਦਰ ਵਸ ਜਾਵੇ, ਨਾਨਕਾ ਜਿਨ ਨਾਮ ਮਿਲਿਆ ਕਰਮ ਹੋਇਆ ਧੁਰ ਕਦੇ। ਦੁਰੋਂ ਕਦੀ ਜੇ ਕਰਮ ਹੋਇਆ ਕਰਤੇ ਪੁਰਖ ਦਾ, ਤਾਂ ਫਿਰ ਇਹ ਨਾਮ ਪ੍ਰਾਪਤ ਹੋਇਆ। ਨਾਮ ਵਸ ਗਿਆ ਅੰਦਰ, ਨਾਮ ਜਪ ਰਿਹਾ ਹੈ, ਫਿਰ ਸੰਸਾਰ ਦੀਆਂ ਕਿਹੜੀਆਂ ਔਖੀਆਂ ਘਾਟੀਆਂ ਕਿਉਂ ਨਾ ਰਸਤੇ ਅੱਗੇ ਆਵਣ, ਇਸਦਾ ਰਾਹ ਰੋਕ ਨਹੀਂ ਸਕਦੀਆਂ ਤੇ ਲੰਘ ਜਾਏ। ਇਸਦੀ ਬਾਂਹ ਕਿਸੇ ਦੇ ਹੱਥ ਹੈ, ਉਹਨੇ ਫੜ ਕੇ ਉੱਤੋਂ ਦੀ ਲੰਘਾ ਦੇਣੀ। ਜਿਵੇਂ ਆਖੀਆ ਟੱਪ ਨਿਕੱਥਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਗੁਰਮੁਖ ਬਣ ਕੇ ਨਾਮ ਜਪ ਕੇ ਪਾਪਾਂ ਦੇ ਪਹਾੜਾਂ ਨੂੰ ਛਲਾਂਗ ਮਾਰ ਗਿਆ, ਉੱਤੋਂ ਦੀ ਟੱਪ ਗਿਆ। ਪਰ ਜੇ ਨਾਮ ਹੋਵੇ ਤਾਂ ਨਾ ਬਈ, ਨਾਮ ਪੱਥਰਾਂ ਤੇ ਲਿਖਿਆ ਸੀ, ਪੱਥਰ ਤਰ ਖੜੋਤੇ, ਪੱਥਰਾਂ ਦੀ ਪੁੱਲ ਬਣ ਗਈ, ਉੱਤੋਂ ਦੀ ਸਾਰੇ ਲੰਘ ਗਏ ਹਨੂਮਾਨ ਤੂੰ ਵੀ ਆ। ਉਹ ਸੋਚੀ ਪੈ ਗਿਆ, ਜੇ ਪੱਥਰਾਂ ਤੇ ਨਾਮ ਲਿਖਿਆ ਹੋਇਆ ਤੇ ਪੱਥਰ ਤਰ ਰਹੇ ਹਨ, ਮੈਂ ਕਿਵੇਂ ਡੁੱਬ ਸਕਦਾ ਹਾਂ? ਮੇਰੇ ਵੀ ਤਾਂ ਹਿਰਦੇ ਤੇ ਨਾਮ ਲਿਖਿਆ ਹੋਇਆ। ਜਵਾਨੀ ਨਹੀਂ ਬਈ, ਇਸਨੇ ਸਬੂਤ ਦਿੱਤਾ ਸੀ।
ਰਾਮ ਜੀ ਦਾ ਜਿਸ ਵੇਲੇ ਦਰਬਾਰ ਲੱਗਾ ਤੇ ਸਭ ਕੋਈ ਆਇਆ ਭੇਟਾ ਅਰਪਣ ਕਰਨ ਵਾਸਤੇ, ਤਾਂ ਸਭ ਤੋਂ ਪਹਿਲਾਂ ਬਿਭੀਸ਼ਣ ਆਇਆ। ਰਾਵਣ ਦੇ ਖਜ਼ਾਨੇ 'ਚ ਜੋ ਸਭ ਤੋਂ ਕੀਮਤੀ ਸ਼ੈ ਸੀ ਉਹ ਸੀ ਇੱਕ ਸੁੱਚੇ ਮੋਤੀਆਂ ਦਾ ਹਾਰ। ਖਬਰ ਨਹੀਂ ਉਹ ਮੋਤੀ ਕਿੱਥੋਂ ਆਏ ਸਨ, ਹੀਰੇ ਤਾਂ ਜਿਵੇਂ ਬੜੇ ਹਨ ਪਰ ਕੋਹ ਨੂਰ ਹੀਰਾ। ਇਸੇ ਤਰ੍ਹਾਂ ਮੋਤੀ ਸੰਸਾਰ ਵਿੱਚ ਬਹੁਤ ਹਨ ਪਰ ਉਹ ਮੋਤੀ ਕੋਈ ਅਜੂਬਾ ਸਨ ਤੇ ਇੱਕ ਦੋ ਚਾਰ ਨਹੀਂ ਪੂਰੀ ਮਾਲਾ। ਸੋਚਿਆ ਸ਼ੁਕਰਾਨਾ ਗੁਜ਼ਾਰਨਾ, ਸਾਡਾ ਤਾਂ ਸ਼ੁਕਰਾਨਾ ਨਾ ਬਈ ਸਵੇ ਰੁਪਏ ਦਾ ਪ੍ਰਸ਼ਾਦ ਕਰਾ ਦੇ, ਪੰਜ ਪੈਸੇ ਮੱਥਾ ਟੇਕ ਦੇ। ਬੜੀ ਛਾਲ ਮਾਰੀ ਸ਼ੁਕਰਾਨੇ ਦੀ ਤਾਂ ਇੱਕ ਅਖੰਡ ਪਾਠ ਰਖਾ ਦਿੱਤਾ। ਪਰ ਬਿਭੀਸ਼ਣ ਨੇ ਸੋਚਿਆ ਜਿਸਨੇ ਆਉਂਦਿਆਂ ਮੱਥਾ ਟੇਕਦਿਆਂ ਲੰਕੇਸ਼ ਪਤੀ ਬਣਾ ਦਿੱਤਾ, ਲੰਕਾ ਪਤੀ ਕਹਿ ਦਿੱਤਾ ਆ ਲੰਕੇਸ਼, ਇਹ ਬਿਭੀਸ਼ਣ ਨੇ ਰੋ ਕੇ ਆਖਿਆ ਜੀ ਮੈਂ ਲੰਕੇਸ਼ ਨਹੀਂ, ਮੈਂ ਲੰਕਪਤੀ ਨਹੀਂ, ਮੈਂ ਉਸਦਾ ਭਾਈ ਹਾਂ, ਮੇਰਾ ਨਾਮ ਬਿਭੀਸ਼ਣ ਹੈ। ਕਹਿਣ ਲੱਗੇ ਫੇਰ ਕੀ ਹੋਇਆ, ਜੇ ਤੂੰ ਲੰਕੇਸ਼ ਦਾ ਭਾਈ ਹੈ ਤਾਂ ਤੂੰ ਲੰਕੇਸ਼ ਨਹੀਂ ਬਣ ਸਕਦਾ, ਰਾਵਣ ਜਿਸ ਵੇਲੇ ਮਰੇਗਾ ਆਖਰ ਰਾਜ ਤਿਲਕ ਕਿਸੇ ਨੂੰ ਮਿਲਣਾ ਹੀ ਹੈ ਨਾ, ਤੈਨੂੰ ਦਿੱਤਾ, ਇਹ ਤਾਂ ਡਰ ਹੀ ਉਹ ਹੈ ਜਿੱਥੇ ਕੋਈ ਨਿਮਾਣਾ ਹੋ ਕੇ ਆਣ ਚੁੱਕਿਆ ਤੇ ਜੋਲੀਆਂ ਭਰ ਕੇ ਉੱਠਿਆ। ਸਮਾਂ ਪਾ ਕੇ ਜਿਸ ਵੇਲੇ ਰਾਵਣ ਮਰਿਆ ਤੇ ਬਿਭੀਸ਼ਣ ਲੰਕੇਸ਼ ਬਣਿਆ ਤਾਂ ਫਿਰ ਸ਼ੁਕਰਾਨੇ ਵਿੱਚ ਉਸਨੇ ਉਹ ਸੁੱਚੇ ਮੋਤੀਆਂ ਦੀ ਮਾਲਾ, ਸਾਰਾ ਖਜ਼ਾਨਾ ਇੱਕ ਪਾਸੇ ਤੇ ਇਹ ਮਾਲਾ ਇੱਕ ਪਾਸੇ ਲਿਆ ਕੇ ਜਿਸ ਵੇਲੇ ਅਰਪਣ ਕੀਤੀ ਸਭ ਦੀਆਂ ਅੱਖਾਂ ਲੱਗ ਗਈਆਂ। ਸੂਰਜ ਬਾਣੇ ਚੜਿਆ ਹੈ, ਦਿਨ ਦੀ ਰੋਸ਼ਨੀ ਹੈ ਪਰ ਇੰਝ ਪੈ ਚਮਕਦੇ ਹਨ, ਆ ਤਾਰੇ ਮਿਟ ਜਾਂਦੇ ਹਨ, ਸੂਰਜ ਚੜਿਆ ਨਹੀਂ ਦਿਸਦੇ ਪਰ ਇਹ ਮੋਤੀ ਜਗਮਗਾ ਰਹੇ, ਇਹਨਾਂ ਦੀ ਰੋਸ਼ਨੀ ਨਹੀਂ ਮੁੱਕੀ, ਇਹ ਚਮਕਾਂ ਮਾਰ ਰਹੇ ਹਨ, ਸਭ ਕਿਸੇ ਦੀ ਅੱਖ ਲੱਗੀ ਹੈ ਇਹਨਾਂ ਮੋਤੀਆਂ ਤੇ, ਬਹੁਤਿਆਂ ਨੇ ਤਾਂ ਅੱਜ ਪਹਿਲੀ ਵਾਰੀ ਦੇਖੇ ਹਨ, ਬਹੁਤਿਆਂ ਨੇ ਸੁਣੇ ਸਨ ਤੇ ਸੁਭਾਗ ਹੋਇਆ ਦੇਖਣ ਦਾ ਤੇ ਸਭ ਕੋਈ ਉਲੜ ਉਲੜ ਕੇ ਪਿਆ ਵੇਖੇ। ਬਿਭੀਸ਼ਣ ਨੇ ਬਈ ਬੜੀ ਭੇਟਾ ਕੀਤੀ ਸੁੱਚੇ ਮੋਤੀਆਂ ਦੀ ਮਾਲਾ, ਜਿਨ੍ਹਾਂ ਨੇ ਕੁਝ ਹਾਸਲ ਕੀਤਾ ਹੁੰਦਾ, ਜਿਨ੍ਹਾਂ ਦੇ ਮਨ ਸੱਚਮੁੱਚ ਸ਼ੁਕਰਾਨੇ ਨਾਲ ਭਰੇ ਹੁੰਦੇ ਹਨ ਉਹ ਕੋਈ ਗਿਣਤੇ ਮਿਲਦੇ ਹਨ ਵੀ ਆਹ ਚੀਜ਼ ਦੇਵਾਂ ਕਿ ਨਾ ਦੇਵਾਂ, ਆਹ ਕਿਤਨੇ ਕੁ ਮੁੱਲ ਦੀ ਹੈ ਤੇ ਆਹ ਕਿਹੜੀ ਸ਼ੈ ਹੈ, ਇਹਦੇ ਬਦਲੇ ਆ ਚਾਹ ਦੇਵਾਂ, ਉਹ ਹੁਜਤ ਨਹੀਂ ਕਰਦੇ, ਉਹਨਾਂ ਦੇ ਮਨ ਕਪਟ ਨਹੀਂ ਹੁੰਦਾ, ਉਹ ਤੇ ਪ੍ਰਾਣਾ ਤੱਕ ਦੀ ਬਾਜੀ ਲਾ ਦਿੰਦੇ ਹਨ, ਹੁਜਤੀ ਹੋਰ ਹੁੰਦੇ ਹਨ। ਕੋਈ ਚੜਿਆ ਸੀ ਖਜੂਰ ਤੇ ਉਤਰ ਨਾ ਸਕੇ ਵਿਚਾਰਾ, ਅਰਦਾਸਾਂ ਪਿਆ ਕਰਦਾ ਉਹ ਰੱਬ ਸੱਚੇ ਮੈਨੂੰ ਸਹੀ ਸਲਾਮਤ ਥੱਲੇ ਉਤਾਰ, ਮੈਂ ਤੇਰੇ ਨਾਮ ਤੇ ਕੀ ਕੁਰਬਾਨੀ ਕਰਾਂ। ਸੋਚੀ ਪੈ ਗਿਆ ਕੁਰਬਾਨੀ ਉੱਥੇ ਮਨਜ਼ੂਰ ਹੁੰਦੀ ਹੈ ਜਿਹੜੀ ਸ਼ੈ ਪਿਆਰੀ ਹੋਵੇ, ਪਿਆਰੀ ਸ਼ੈ ਦੀ ਕੁਰਬਾਨੀ, ਜਿਵੇਂ ਹਜ਼ਰਤ ਨੂੰ ਇਲਹਾਮ ਹੋਇਆ ਕੋਈ ਮੇਰੇ ਨਾਮ ਤੇ ਕੁਰਬਾਨੀ ਦੇ
ਉਹਨੇ ਕਿਹਾ ਫਿਰ ਕੁਰਬਾਨੀ ਕਿਹੜੀ ਦੇਵਾਂ, ਕੌਣ ਪਿਆਰਿਆ ਮੈਨੂੰ, ਆਪਣਾ ਪੁੱਤਰ। ਤੇ ਪੁੱਤਰ ਦੇ ਗਲ ਤੇ ਛੁਰੀ ਰੱਖੀ, ਸੋਚਿਆ ਕਿਤੇ ਅੱਖਾਂ ਨਾ ਭਰ ਆਵਣ। ਪੁੱਤਰ ਜਿਸ ਵੇਲੇ ਚਿੱਲਾਵੇ ਤੇ ਪੁੱਤਰ ਦਾ ਖੂਨ ਵੇਖ ਕੇ ਮਨ ਨਾ ਡੋਲ ਜਾਵੇ, ਇਸ ਵਾਸਤੇ ਅੱਖਾਂ ਤੇ ਪੱਟੀ ਬੰਨ ਲਈ। ਤੋ ਕੁਰਬਾਨੀ ਹੁੰਦੀ ਹੈ ਪਿਆਰੀ ਸ਼ੈ ਦੀ। ਆਖਿਆ ਫਿਰ ਮੈਨੂੰ ਤਾਂ ਪਿਆਰੀ ਮੇਰੀ ਉਹ ਊਂਠਣੀ ਹੈ, ਚਲੋ ਮੈਂ ਤੇਰੇ ਨਾਮ ਤੇ ਉਸੇ ਨੂੰ ਜ਼ਬਾ ਕਰ ਦਿਆਂ, ਉਸੇ ਨੂੰ ਕੁਰਬਾਨ ਕਰਾਂਗਾ। ਥੋੜਾ ਥੱਲੇ ਉਤਰ ਆਇਆ, ਸੋਚਦਾ ਇਹ ਤਾਂ ਬੜੇ ਕੰਮ ਦੀ ਸ਼ੈ ਸੀ, ਕਿਤੇ ਆਉਣਾ ਜਾਣਾ ਹੋਵੇ ਇਹ ਸਵਾਰੀ ਤਾਂ ਬੜੀ ਜ਼ਰੂਰੀ ਹੈ, ਊਂਠਣੀ ਜੇ ਮਾਰ ਬੈਠਾ ਤੇ ਇਹੋ ਜਿਹੀ ਹੋਰ ਲੱਭਣੀ ਕੋਈ ਨਹੀਂ। ਕੋਈ ਇਸ ਤੋਂ ਦੂਜੇ ਨੰਬਰ ਤੇ ਪਿਆਰੀ ਸ਼ੈ? ਆਖਿਆ ਹਾਂ ਬੱਕਰੀ ਹੈ। ਕਹਿੰਦੇ ਰੱਬ ਸੱਚੇ ਤੈਨੂੰ ਕੀ ਫਰਕ ਪੈਣਾ, ਤੇ ਊਂਠਣੀ ਨਾ ਸਹੀ ਤੇ ਬੱਕਰੀ ਸਹੀ। ਥੋੜਾ ਜਿਹਾ ਹੋਰ ਥੱਲੇ ਉਤਰ ਆਇਆ, ਕਹਿੰਦਾ ਬੱਕਰੀ ਵੀ ਤਾਂ ਦੁੱਧ ਦਿੰਦੀ ਹੈ, ਮਾਲ ਬੱਚਾ ਦੁੱਧ ਪੀਂਦਾ, ਬੜੀ ਗਲਤੀ ਕਰ ਬੈਠਾ। ਚਲੋ ਜੇ ਰੱਬ ਨੇ ਊਂਠਣੀ ਬਖਸ਼ ਕੇ ਬੱਕਰੀ ਦੀ ਕੁਰਬਾਨੀ ਲੈਣੀ ਮਨਜ਼ੂਰ ਕੀਤੀ ਹੈ ਤਾਂ ਇੱਕ ਰਿਆਇਤ ਹੋਰ ਮੰਗ ਲੈਂਦੇ ਹਾਂ। ਕਹਿੰਦਾ ਵੀ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਮੈਨੂੰ ਬੜਾ ਫਰਕ ਪੈ ਜਾਏਗਾ, ਮੈਂ ਹੋਰ ਬੱਕਰੀ ਕਿੱਥੋਂ ਲਿਆਵਾਂਗਾ, ਇਤਨੇ ਦੁੱਧ ਵਾਲੀ, ਮਾਲ ਬੱਚਾ ਦੁੱਧ ਪੀਂਦਾ, ਇਸ ਵਾਸਤੇ ਤੂੰ ਬੱਕਰੀ ਬਖਸ਼ ਦੇ, ਮੈਂ ਤੇਰੇ ਨਾਮ ਤੇ ਜਿਹੜਾ ਕੁੱਕੜ ਹੈ ਨਾ ਉਹ ਕੁਰਬਾਨ ਕਰ ਦਿਆਂ। ਹੋਰ ਥੱਲੇ ਉਤਰ ਆਇਆ, ਪੈਰ ਜਰਕ ਬੋਏ ਨੂੰ ਲੱਗਣ ਲੱਗੇ ਤੇ ਮੂੰਹ ਤੇ ਅਣ ਬੈਠਾ ਮੱਛਰ, ਜੋ ਹੱਥ ਮਾਰਿਆ ਤੇ ਉਹ ਮਰ ਗਿਆ। ਕਹਿਣ ਲੱਗਾ ਲੈ ਕੁਰਬਾਨੀ ਦੇਣੀ ਸੀ ਨਾ, ਰੱਬ ਨੇ ਆਪੇ ਹੀ ਸਬੱਬ ਬਣਾ ਦਿੱਤਾ ਵੀ ਤੂੰ ਨਾ ਊਠਣੀ ਦੇ, ਨਾ ਬੱਕਰੀ ਦੇ, ਨਾ ਕੁੱਕੜ ਦੇ, ਚੱਲ ਇਹੀ ਦੇ ਦੇ। ਸਤਿ ਬੋਲੋ ਸ੍ਰੀ। ਸਾਡੇ ਮਨ ਐਸੇ ਹੁੰਦੇ ਹਨ, ਲੋੜ ਵੇਲੇ ਤੋਂ ਖਬਰ ਨਹੀਂ ਕੀ ਕੁਝ ਸੋਚਦੇ ਹਾਂ, ਜਿਵੇਂ ਜਿਵੇਂ ਲੋੜ ਪੁੱਗਦੀ ਗਈ ਤਿਵੇਂ ਤਿਵੇਂ ਮਨ ਉਵੇਂ ਹੁੰਦਾ ਗਿਆ। ਅਖੀਰ ਫਿਰ ਘਟਦੇ 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 ਕਿੱਥੇ ਆ ਗਏ, ਸਾਲ ਸਾਲ ਦੋ ਦੋ ਸਾਲ ਬੀਤ ਜਾਂਦੇ ਨੇ, ਸ਼ੁਕਰਾਨੇ ਦੀ ਉਹ ਤਾਰੀਫ ਹੀ ਨਹੀਂ ਪਈ ਆਉਂਦੀ। ਅੱਜ ਫਲਾਣਾ ਨਹੀਂ ਆਉਂਦਾ, ਅੱਜ ਫਲਾਣਾ ਨਹੀਂ ਆਉਂਦਾ, ਤੂੰ ਗੁਰੂ ਦਾ ਸ਼ੁਕਰ ਕਰਨਾ ਕਿ ਫਲਾਣੇ ਜਿਮਕਾਣੇ ਨੂੰ ਸੱਦਣੇ, ਉਹਨਾਂ ਦਾ ਸ਼ੁਕਰ ਕਰਨਾ, ਸ਼ੁਕਰਾਨੇ ਦੀ ਬੜੀ ਲੋੜ ਹੈ ਸਾਧ ਸੰਗਤ। ਵੀਖਣ ਸੀ ਭਗਤ, ਉਹਨੇ ਆਖਿਆ ਸ਼ੁਕਰਾਨਾ ਗੁਜ਼ਾਰਨਾ, ਸਾਰੀ ਲੰਕਾ ਵੀ ਭੇਟ ਕਰਦੇ ਵਾਂ ਪਰ ਉਹਨਾਂ ਲੈਣੀ ਨਹੀਂ, ਉਹਨਾਂ ਮੈਨੂੰ ਲੰਕੇਸ਼ ਆਖਿਆ, ਲੰਕਾਪਤੀ ਉਹਨਾਂ ਨੇ ਮੈਨੂੰ ਬੁਲਾਉਣਾ, ਪਰ ਲੰਕਾ ਵਿੱਚ ਜਿਹੜੀ ਸ਼ੈ ਤੱਤ ਦੀ ਹੈ ਨਾ ਉਹ ਮੈਂ ਰਾਮ ਜੀ ਨੂੰ ਭੇਟ ਕਰਾਂਗਾ। ਤਾਂ ਸੁੱਚੇ ਮੋਤੀਆਂ ਦੀ ਮਾਲਾਂ ਲਿਆ ਕੇ ਭੇਟ ਕੀਤੀ ਤੇ ਰਾਮ ਜੀ ਨੇ ਜਿਸ ਵੇਲੇ ਉਹ ਭੇਟਾ ਕਬੂਲੀ ਤੇ ਵੇਖਿਆ ਸੀਤਾ ਦਾ ਮਨ ਲਲਚਾ ਰਿਹਾ। ਗਹਿਣਾ ਹੋਵੇ ਤੇ ਫਿਰ ਮਾਈਆਂ ਦਾ ਮਨ ਨਾ ਲਲਚਾਵੇ, ਕਿਸੇ ਦੇ ਗੱਲ ਪਾਇਆ ਹੋਇਆ ਵੇਖ ਲੈਣ ਸਹੀ, ਆਪਣੇ ਕੋਲ ਭਾਵੇਂ ਬਖਸ਼ੇ ਭਰੇ ਪਏ ਹੋਣ ਪਰ ਆਹ ਨਮੂਨਾ ਮੇਰੇ ਕੋਲ ਕੋਈ ਨਹੀਂ, ਇਸ ਸਾੜੀ ਦਾ ਰੰਗ ਮੇਰੇ ਕੋਲ ਕੋਈ ਨਹੀਂ। ਖਬਰਨੀ ਦੁਨੀਆਂ ਤੇ ਸਾਰੀਆਂ ਇੱਛਾ ਪੂਰਾ ਕਰਨ ਵਾਸਤੇ ਇਹੀ ਆਈਆਂ ਹਨ, ਪਰ ਹੋ ਸਕਦੀਆਂ ਇੱਛਾ ਪੂਰਨ ਉਸੇ ਦੀਆਂ ਹੋ ਸਕਦੀਆਂ ਹਨ ਜਿਹੜਾ ਸਾਰੀਆਂ ਇੱਛਾ ਮਾਰ ਕੇ ਜਪੇਗਾ ਸ੍ਰੀ ਵਾਹਿਗੁਰੂ। ਇਹ ਇੱਛਾ ਪੂਰੀਆਂ ਨਹੀਂ ਹੁੰਦੀਆਂ, ਇਹ ਤਾਂ ਇੱਛਾ ਦੀ ਅੱਗ ਹੈ, ਜਿਤਨੀਆਂ ਲੱਕੜੀਆਂ ਪਾ ਦਿਓ ਹੋਰ ਵੜਕੇਗੀ,
ਉੱਤੇ ਤੇਲ ਦਾ ਪੀਪਾ ਪਾ ਦਿਓ, ਬੁਝ ਜਾਏਗੀ? ਨਹੀਂ। ਔਰ ਕੋਲ ਤਾਂ ਅਲਮਾਰੀਆਂ ਭਰੀਆਂ ਪਈਆਂ ਹਨ, ਪਰ ਕੋਈ ਉਹ ਵੀ ਤਾਂ ਆਇਆ ਜਿਹਦੇ ਕੋਲ ਇੱਕੋ ਹੀ ਧੋਤੀ ਹੈ, ਉਸੇ ਨੂੰ ਧੋ ਕੇ ਮੁੜ ਮੁੜ ਪਾਉਂਦੀ ਹੈ। ਸਾਧ ਸਿੰਘ ਬੋਲੋ ਸ੍ਰੀ। ਜੇ ਮੈਂ ਅੱਜ ਇਸ ਥਾਂ ਤੇ ਹਾਂ, ਜੇ ਕਦੇ ਉਸ ਥਾਂ ਤੇ ਚਲੀ ਜਾਵਾਂ, ਉਹਦੀ ਥਾਂ ਤੇ ਮੈਂ ਹੋਵਾਂ ਤੇ ਇਹ ਕਸ਼ਟ ਮੈਂ ਚੱਲਾਂ, ਫਿਰ ਸ਼ੁਕਰਾਨਾ ਨਾ ਆਵੇ ਮਨ ਵਿੱਚ ਕਿ ਨਿਰੰਕਾਰ ਜਿੱਥੇ ਤੂੰ ਰੱਖਿਆ, ਜੋ ਕੁਝ ਬਖਸ਼ਿਆ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਤਾਂ ਸ਼ੁਕਰਾਨੇ ਵਿੱਚ ਮੋਤੀਆਂ ਦੀ ਮਾਲਾ ਜਿਸ ਵੇਲੇ ਲਿਆਇਆ, ਸੀਤਾ ਨੇ ਦੇਖੀ ਮਨ ਲਲਚਾਇਆ, ਰਾਮ ਜੀ ਨੇ ਸੀਤਾ ਦੇ ਗੱਲ ਪਾ ਦਿੱਤੀ, ਲੈ ਸੀਤਾ, ਸੀਤਾ ਦੇ ਗੱਲ ਮਾਲਾ ਪਈ, ਬੜੀ ਗਦਗਦ ਹੋ ਰਹੀ। ਅੱਗੇ ਵੀ ਬੜੇ ਜ਼ੇਵਰ ਹਨ, ਪਰ ਐਸਾ ਤਾਂ ਕੋਈ ਵੇਖਿਆ ਹੀ ਨਹੀਂ, ਤੱਕਿਆ ਹੀ ਨਹੀਂ। ਭਲਾ ਕਿੰਨੀ ਕੀਮਤ ਦੀ ਹੋਵੇਗੀ? ਅਣਗਿਣਤ ਦੀ ਕੀਮਤ ਕੌਣ ਪਾ ਸਕਦਾ? ਤੇ ਜਿਸ ਵੇਲੇ ਰਾਮ ਜੀ ਦੇ ਨੇਤਰ ਭਰੇ, ਹਨੂੰਮਾਨ ਵੱਲ ਤੱਕਿਆ, ਹਨੂੰਮਾਨ ਸਭ ਕੋਈ ਮੈਨੂੰ ਬੇਟਾ ਕਰ ਰਿਹਾ, ਪਰ ਮੈਂ ਤੈਨੂੰ ਕੀ ਬੇਟਾ ਦੇ? ਕਿਉਂਕਿ ਜੋ ਸੇਵਾ ਮੇਰੀ ਤੂੰ ਕੀਤੀ ਹੈ, ਜੋ ਖਿਦਮਤ ਤੂੰ ਗੁਜ਼ਾਰੀ ਹੈ। ਸੀਤਾ ਨੂੰ ਵੀ ਚੇਤਾ ਆ ਗਿਆ ਕਿ ਮੈਂ ਵੀ ਬਚਨ ਕੀਤਾ ਸੀ ਹਨੂੰਮਾਨ, ਜਦ ਕਦੀ ਸਾਡੇ ਮਿਲਾਪ ਦਾ ਸਮਾਂ ਆਇਆ ਤੇ ਮੈਂ ਵਿਛੜੀ ਰੂਹ ਆਪਣੇ ਪ੍ਰੀਤਮ ਦੇ ਨਾਲ ਮਿਲੀ, ਤੇ ਹਨੂੰਮਾਨ ਫਿਰ ਉਸ ਵੇਲੇ ਮੈਂ ਤੈਨੂੰ ਨਿਹਾਲ ਕਰਾਂਗਾ। ਰਾਮ ਜੀ ਤਾਂ ਬੜੀ ਸਮਰੱਥਾ ਵਾਲੇ ਹਨ, ਪਰ ਮੇਰੇ ਕੋਲ ਵੀ ਜਿਤਨੀ ਸਮਰੱਥਾ ਹੈ ਮੈਂ ਘੱਟ ਨਾ ਕਰਾਂਗਾ। ਨਾਲ ਹੀ ਸਿਆਲ ਆਇਆ, ਇਸ ਵੇਲੇ ਸਭ ਤੋਂ ਕੀਮਤੀ ਸ਼ੈ ਮੇਰੇ ਕੋਲ ਕਿਹੜੀ ਹੈ? ਆ ਮੋਤੀਆਂ ਦੀ ਮੱਲ। ਗੱਲੋਂ ਲਾਹੀ, ਬੜੀਆਂ ਰੀਝਾਂ ਨਾਲ ਮੰਗ ਕੇ ਲਈ ਸੀ ਰਾਮ ਜੀ ਤੋਂ, ਪਰ ਇਸਦੇ ਮਨ ਵਿੱਚ ਵੀ ਸ਼ੁਕਰਾਨਾ ਸੀ ਹਨੂੰਮਾਨ ਦਾ। ਗੱਲੋਂ ਮੋਤੀਆਂ ਦੀ ਮਾਲਾ ਲਾਹੀ ਤੇ ਹਨੂੰਮਾਨ ਨੂੰ ਬਖਸ਼ ਦਿੱਤੀ। ਲੈ ਹਨੂੰਮਾਨ, ਇਹ ਤੇਰਾ ਹੀ ਨਾਮ ਹੈ, ਚੇਤੇ ਕਰ ਉਸ ਵੇਲੇ ਨੂੰ ਜਿਸ ਵੇਲੇ ਮੈਂ ਗੋਡਿਆਂ ਵਿੱਚ ਸਿਰ ਪਾ ਕੇ ਬੈਠੀ ਸਾਂ ਰਾਵਣ ਦੇ ਬਾਗ ਵਿੱਚ, ਔਰ ਸਮਝਦੀ ਸਾਂ ਮੇਰੇ ਨਾਲ ਦਾ ਸੰਸਾਰ ਵਿੱਚ ਦੁਖੀ ਕੋਈ ਨਹੀਂ, ਤੇ ਮੈਂ ਉਡੀਕਦੀ ਸਾਂ ਮੌਤ ਆਵੇ, ਮਰ ਜਾਵਾਂ, ਇਸ ਦੁੱਖੋਂ ਛੁੱਟ ਜਾਵਾਂ। ਪਰ ਇਹ ਵਿਛੋੜੇ ਦਾ ਦੁੱਖ ਇਹ ਮਰਨ ਨਾਲੋਂ ਵੀ ਡਾਢਾ। ਸੱਚ ਆਖਾਂ, ਮਰਨਾ ਗੱਲ ਕੁਝ ਨਹੀਂ, ਪਰ ਡਾਢੀ ਮੁਸੀਬਤ ਜੁਦਾਈ ਦੀ। ਤੇ ਉਸ ਵੇਲੇ ਹਨੂੰਮਾਨ ਤੂੰ ਆਣ ਕੇ ਮੈਨੂੰ ਧੀਰਜ ਦਿੱਤਾ, ਮਾਨੋ ਮੇਰੇ ਅੰਦਰ ਜਾਨ ਪਾ ਦਿੱਤੀ, ਮੈਨੂੰ ਜੀਵਨ ਦਾ ਚਾਹ ਚੜ ਆਇਆ ਜਿਸ ਵੇਲੇ ਮੈਂ ਸੁਣਿਆ ਕਿ ਰਾਮ ਜੀ ਮੈਨੂੰ ਪਾਲਦੇ ਇੱਥੋਂ ਤੱਕ ਆ ਗਏ। ਤੋ ਫਿਰ ਮੇਰੀਆਂ ਆਸਾਂ ਵੱਜ ਗਈਆਂ, ਹੁਣ ਮੈਂ ਆਪਣੇ ਪ੍ਰੀਤਮ ਨੂੰ ਮਿਲਾਂਗੀ, ਤੇ ਹਨੂੰਮਾਨ ਮੈਂ ਉਸ ਵੇਲੇ ਬਚਨ ਕੀਤਾ ਸੀ ਜਦ ਮਿਲਾਂਗੀ ਤਾਂ ਜੋ ਕੀਮਤੀ ਸ਼ੈ ਮੇਰੇ ਕੋਲ ਹੋਵੇਗੀ ਉਹ ਮੈਂ ਤੇਰੀ ਝੋਲੀ ਪਾ ਦਿਆਂਗੀ, ਉਸ ਸ਼ੁਕਰਾਨੇ ਵਿੱਚ ਆ ਮਾਲਾ ਕਬੂਲ ਲੈ। ਸਭ ਕਿਸੇ ਦੀਆਂ ਮੁੜਖਾਂ ਲੱਗੀਆਂ, ਐਡੀ ਕੀਮਤੀ ਸ਼ੈ ਕਿਸੇ ਵੇਲੇ ਬਬੀਖਣ ਦੇ ਹੱਥ ਸੀ, ਰਾਮ ਜੀ ਦੇ ਹੱਥ ਆਈ, ਮੁੜ ਸੀਤਾ ਦੇ ਹੱਥਾਂ ਵਿੱਚ, ਤੇ ਇਸ ਵੇਲੇ ਹਨੂੰਮਾਨ ਦੇ ਹੱਥ ਵਿੱਚ ਹੈ। ਪਰ ਇਹ ਗੱਲ ਕਿਉਂ ਨਹੀਂ ਪਾਉਂਦਾ? ਗੱਲ ਪਈ ਮਾਲਾ ਸੋਭ ਦੀ ਹੈ, ਇਹ ਗੱਲ ਕਿਉਂ ਨਹੀਂ ਪਾਉਂਦਾ? ਉਲਟ ਪੁਲਟ ਕੇ ਪਿਆ ਵੇਖਦਾ, ਬਈ ਕੀ ਵੇਖਣਾ ਇਸ ਨੂੰ, ਤੂੰ ਕੋਈ ਜੋਰੀਆਂ ਇਹਦੀ ਕੀਮਤ ਪਾ ਲਏਗਾ?
ਗੱਲ ਪਾ ਤੇ ਨੱਚਦਾ ਟੱਪਦਾ ਜਾ, ਤੇਰੇ ਜੈਸੀ ਬਖਸ਼ਿਸ਼ ਕਿਸ ਨੂੰ ਮਿਲਣੀ ਹੈ। ਪਰ ਹਨੂੰਮਾਨ ਨੇ ਕੀ ਕੀਤਾ, ਉਸ ਮਾਲਾਂ ਦਾ ਤਾਗਾ ਤੋੜ ਲਿਆ, ਮਣਕੇ ਸਾਰੇ ਵੱਖਰੋ ਵੱਖਰੇ ਕਰ ਲਏ ਤੇ ਫਿਰ ਬਹਿ ਗਿਆ ਦੋ ਪੱਥਰ ਲੈ ਕੇ। ਪਹਿਲਾਂ ਇੱਕ ਮਣਕਾ ਚੁੱਕਿਆ, ਉਸਨੂੰ ਚੰਗੀ ਤਰ੍ਹਾਂ ਅੱਖਾਂ ਦੇ ਸਾਹਮਣੇ ਲਿਆ ਕੇ ਦੇਖਿਆ, ਆਖਿਆ ਨਹੀਂ। ਫਿਰ ਕੰਨਾਂ ਦੇ ਨਾਲ ਲਾਇਆ, ਕਹਿੰਦਾ ਕੋਈ ਨਾ। ਫਿਰ ਉਸ ਪੱਥਰ ਨੂੰ ਜੋ ਥੱਲੇ ਰੱਖਿਆ ਸੀ ਤੇ ਦੂਜੇ ਨੂੰ ਲਿਆ ਹੱਥ ਵਿੱਚ ਤੇ ਵਿਚਕਾਰ ਰੱਖਿਆ ਉਹ ਮਣਕਾ ਤੇ ਉੱਤੋਂ ਮਾਰਿਆ ਪੱਥਰ ਤੇ ਮਣਕਾ ਤੋੜ ਦਿੱਤਾ ਤੇ ਮੁੜ ਉਸ ਟੁੱਟੇ ਮਣਕੇ ਨੂੰ ਚੁੱਕ ਕੇ ਮੁੜ ਵਿੱਚੋਂ ਪਿਆ ਵੇਖਦਾ ਤੇ ਫਿਰ ਉਲਾਰ ਕੇ ਉਹ ਸੁੱਟਿਆ। ਇਸੇ ਤਰ੍ਹਾਂ ਇੱਕ ਇੱਕ ਮੋਤੀ ਉਸਨੇ ਪੰਨਾ ਤੋੜਿਆ ਤੇ ਉਲਾਰ ਕੇ ਵਗਾ ਕੇ ਪਰਾਂ ਸੁੱਟਿਆ। ਸੀਤਾ ਦੇ ਮਨ ਖਿਆਲ ਆਇਆ, ਆਖਰ ਬਾਂਦਰ ਹੀ ਹੈ ਨਾ, ਬਾਂਦਰ ਕੇ ਜਾਣੇ ਸੁੱਚੇ ਮੋਤੀਆਂ ਦੀ ਮਾਲਾ, ਮੈਂ ਕਿੱਡੀ ਗਲਤੀ ਕੀਤੀ, ਮਾਲਾ ਨਾ ਦਿੰਦੀ ਇਸ ਨੂੰ, ਮੁੱਠ ਛੋਲਿਆਂ ਦੀ ਪਾ ਦਿੰਦੀ, ਇਹਨੂੰ ਤਾਂ ਛੋਲੇ ਚੰਗੇ ਸਨ ਮਾਲਾਂ ਦੇ ਮਣਕੀਆਂ ਨਾਲੋਂ। ਸਭ ਕੋਈ ਹੈਰਾਨ ਪਰੇਸ਼ਾਨ, ਐਡੀ ਬਖਸ਼ਿਸ਼ ਕੀਤੀ ਸੀਤਾ ਮਾਤਾ ਨੇ, ਪਰ ਹਨੂੰਮਾਨ ਨੇ ਕੀ ਕੀਤਾ? ਇੱਕ ਤਾਂ ਮਾਤਾ ਦਾ ਨਿਰਾਦਰ ਕੀਤਾ, ਉਸਦੀ ਬਖਸ਼ਿਸ਼ ਨੂੰ ਇੰਝ ਤੋੜ ਬੰਨ ਸੁੱਟਿਆ, ਤੇ ਫਿਰ ਐਡੀ ਕੀਮਤੀ ਸ਼ੈ ਮਿੱਟੀ ਵਿੱਚ ਮਿਲ ਦਿੱਤੀ। ਇਹੋ ਜਿਹੀਆਂ ਚੀਜ਼ਾਂ ਮੁੜ ਬਣਦੀਆਂ ਹਨ? ਬੰਨਾ ਮੋਤੀ ਮੁੜ ਜੁੜਦਾ ਨਹੀਂ। ਪਰ ਰਾਮ ਜੀ ਜਾਣਦੇ ਸਨ, ਸੀਤਾ ਦੀ ਅੱਥਰੂ ਆ ਗਏ, ਆਖਦੀ ਹੈ ਮੈਂ ਰੋਨੀ ਹਾਂ ਤੁਸੀਂ ਹੱਸਦੇ ਹੋ, ਐਡੀ ਕੀਮਤੀ ਸ਼ੈ ਹੱਥੋਂ ਚਲੀ ਗਈ, ਦੇ ਬੈਠੀ ਗਲਤੀ ਨਾਲ ਇਸ ਬਾਂਦਰ ਨੂੰ, ਤੇ ਉਸਨੇ ਕੋਈ ਇਸਦਾ ਮੁੱਲ ਨਾ ਪਾਇਆ। ਮੈਨੂੰ ਮੋੜ ਕੇ ਦੇ ਦਿੰਦਾ, ਇਸ ਦੇ ਬਦਲੇ ਕੁਝ ਹੋਰ ਮੰਗ ਲੈਂਦਾ, ਪਰ ਇਹਨੇ ਕੀ ਕੀਤਾ? ਹੱਸ ਕੇ ਕਹਿਣ ਲੱਗੇ, ਸੀਤਾ ਤੈਨੂੰ ਪਤਾ ਨਹੀਂ ਹਨੂੰਮਾਨ ਨੇ ਕੀ ਕੀਤਾ? ਕਿਸੇ ਮਕਸਦ ਨਾਲ ਹੀ ਕੁਝ ਕੀਤਾ ਸੂ ਨਾ, ਜ਼ਰਾ ਪੁੱਛ ਤਾਂ ਸਹੀ ਵੀ ਕੀ ਕੀਤਾ। ਸੀਤਾ ਨੇ ਪੁੱਛਿਆ, ਹਨੂੰਮਾਨ ਤੂੰ ਇਹ ਕੀ ਕੀਤਾ, ਸੁੱਚੇ ਮੋਤੀਆਂ ਦੀ ਮਾਲਾ ਬੰਨ ਤੋੜ ਸੁੱਟੀ? ਉਹਨੇ ਆਖਿਆ, ਮਾਤਾ ਜੀ ਜਿਸ ਵੇਲੇ ਦੀ ਇਹ ਮਾਲਾ ਦਰਬਾਰ ਵਿੱਚ ਆਈ ਹੈ ਸਭ ਕਿਸੇ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ, ਮੈਂ ਸੋਚਿਆ ਜ਼ਰੂਰ ਇਸਦੇ ਮੋਤੀਆਂ ਉੱਤੇ ਰਾਮ ਦੀ ਮੂਰਤ ਹੋਵੇਗੀ, ਤਾਂ ਹੀ ਸਭ ਕੋਈ ਉੱਲਰ ਉੱਲਰ ਕੇ ਵੇਖਣਾ ਚਾਹੁੰਦਾ, ਮੇਰਾ ਮਨ ਵੀ ਅੰਦਰੋਂ ਲਲਚਾਇਆ ਖੜੋਤਾ ਸੀ ਵੀ ਕਿਤੇ ਮੈਨੂੰ ਮਿਲ ਜਾਵੇ, ਤੇ ਤੁਸਾਂ ਮਾਤਾ ਜੀ ਮੇਰੇ ਮਨ ਦੀ ਜਾਣ ਕੇ ਮਾਲਾ ਮੈਨੂੰ ਹੀ ਬਖਸ਼ ਦਿੱਤੀ। ਮੈਂ ਲੈ ਕੇ ਕਿਤਨਾ ਪ੍ਰਸੰਨ ਹੋਇਆ, ਮੈਂ ਆਖਿਆ ਇਹ ਗੱਲ ਵਿੱਚ ਨਹੀਂ ਪਾਣੀ, ਇਹ ਕੋਈ ਜ਼ੇਵਰ ਹੈ, ਇਹ ਤਾਂ ਪੂਜਣ ਦੀ ਚੀਜ਼ ਹੈ, ਇਸ ਉੱਤੇ ਮੇਰੇ ਰਾਮ ਦੀ ਫੋਟੋ ਹੋਵੇਗੀ, ਮੇਰੇ ਰਾਮ ਦੀ ਮੂਰਤ ਹੋਵੇਗੀ। ਪਰ ਮਾਤਾ ਜੀ ਜਿਸ ਵੇਲੇ ਮੈਂ ਮੋਤੀਆਂ ਵੱਲ ਤੱਕਿਆ ਤੇ ਨਾ ਮੂਰਤ ਦਿਸੀ, ਨਾ ਕੋਈ ਫੋਟੋ, ਨਾ ਕੋਈ ਰਾਮ ਦਾ ਚੌਂਲਾ ਪਿਆ ਇਹਨਾਂ ਮੋਤੀਆਂ ਦੇ ਉੱਤੇ, ਮੈਂ ਸੋਚਿਆ ਜੇ ਉੱਤੇ ਨਹੀਂ ਤਾਂ ਵਿੱਚੋਂ ਆਵਾਜ਼ ਜ਼ਰੂਰ ਆਉਂਦੀ ਹੋਵੇਗੀ ਨਾਮ ਦੀ। ਮੈਂ ਕੰਨਾਂ ਨਾਲ ਲਾਏ ਪਰ ਆਵਾਜ਼ ਵੀ ਕੋਈ ਨਾ, ਮੈਂ ਸੋਚਿਆ ਵੀ ਨਾ ਉੱਤੇ ਕੋਈ ਝਲਕਾ ਹੈ, ਨਾ ਵਿੱਚੋਂ ਕੋਈ ਆਵਾਜ਼ ਆ ਰਹੀ ਹੈ, ਪਰ ਰਾਮ ਜੀ ਦੀ ਕੋਈ ਮੂਰਤ ਇਸ ਮੋਤੀ ਦੇ ਅੰਦਰ ਜ਼ਰੂਰ ਹੋਵੇਗੀ। ਐਵੇਂ ਸਭ ਕੋਈ ਥੋੜ੍ਹਾ ਵੇਖਦਾ ਪਿਆ, ਤਾਂ ਮਾਤਾ ਜੀ ਮੈਂ ਇੱਕ ਇੱਕ ਮੋਤੀ ਬਣ ਕੇ ਵੇਖਿਆ ਪਰ ਕੋਈ ਨਾ, ਇਹ ਤਾਂ ਸਾਰੇ ਮੋਤੀ ਸੁੰਨੇ ਨਿਕਲੇ, ਜੂਠੇ ਨਿਕਲੇ।
ਸੀਤਾ ਨੇ ਆਖਿਆ ਵਾਹ ਹਨੂਮਾਨ, ਤੂੰ ਇਸ ਵਾਸਤੇ ਮਾਲਾ ਨੂੰ ਚਾਹੀਂ ਚਾਹੀਂ ਵੇਖਦਾ ਸੀ ਕਿ ਵਿੱਚੋਂ ਨਾਮ ਦੀ ਆਵਾਜ਼ ਆਵੇਗੀ, ਉੱਤੇ ਰਾਮ ਦਾ ਫੋਟੋ ਹੋਵੇਗਾ, ਵਿੱਚ ਰਾਮ ਦੀ ਮੂਰਤ ਹੋਵੇਗੀ। ਮਾਤਾ ਜੀ ਫਿਰ ਕੀਮਤੀ ਕਾਹਦੀ ਹੋਈ, ਫਿਰ ਚੰਗੀ ਚੀਜ਼ ਕਿਵੇਂ ਹੋਈ ਜੇ ਰਾਮ ਦਾ ਵਿੱਚ ਨਾਮ ਨਾ ਹੋਇਆ, ਨਾ ਉੱਤੇ ਮੂਰਤ ਹੋਈ, ਨਾ ਵਿੱਚ ਕੋਈ ਫੋਟੋ ਦਿਸਿਆ। ਸੀਤਾ ਨੂੰ ਗੁੱਸਾ ਆ ਗਿਆ ਵੀ ਇਹ ਗਿਆਨ ਘੋਟਣ ਦਾ ਵੇਲਾ। ਕਹਿੰਦੀ ਹੈ ਮੋਤੀ ਤਾਂ ਬਨ ਸੁੱਟੇ ਨਹੀਂ, ਪਰ ਆਹ ਜਿਹੜੀ ਦੇਹੀ ਚੁੱਕੀ ਫਿਰਦਾ ਇਹਦੇ ਵਿੱਚ ਰਾਮ ਬੈਠਾ। ਹਨੂੰਮਾਨ ਨੇ ਆਖਿਆ ਮਾਤਾ ਜੇ ਇਸ ਵਿੱਚ ਰਾਮ ਨਾ ਹੋਵੇ ਤਾਂ ਹੁਣੇ ਤੀਲੀ ਲਾ ਦੇ, ਕਾਹਦੇ ਵਾਸਤੇ ਰੱਖਣੀ ਹੈ ਦੇਹ। ਕਿਸੇ ਆਖਿਆ ਗੱਲਾਂ ਹੀ ਹਨ, ਕਿਵੇਂ ਪਤਾ ਲੱਗੇ ਵੀ ਵਿੱਚ ਰਾਮ ਬੈਠਾ। ਉਹਨੇ ਆਖਿਆ ਦੇਖ ਲਓ ਤੋ ਮਾਰ ਕੇ ਪੰਜੇ ਦੋਵੇਂ। ਹਨੂੰਮਾਨ ਨੇ ਆਪਣੀ ਛਾਤੀ ਫਾੜ ਲਈ ਤੇ ਫਿਰ ਦਿਖਾਇਆ ਤਾਂ ਸਭ ਕਿਸੇ ਨੇ ਦੇਖਿਆ ਅੰਦਰ ਰਾਮ ਜੀ ਬੈਠੇ। ਸਤਿਗੁਰ ਬੋਲੋ ਸ੍ਰੀ ਵਾਹ। ਜਾਚਕ ਮੰਗੇ ਨਿਤ ਨਾਮ, ਨਿਤ ਜਪਦਾ ਇਹੀ ਮੰਗਦਾ। ਸਾਹਿਬ ਕਰੇ ਕਬੂਲ, ਉਹ ਵੀ ਦਾਈਆ ਕੋਈ ਨੀ, ਹੇ ਸਾਹਿਬ ਜੇ ਕਬੂਲ ਕਰ ਲਵੇ। ਜਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਹੇ ਸਾਹਿਬ ਜੇ ਕਬੂਲ ਕਰ ਲਵੇ ਤਾਂ ਇਹ ਜਾਚਕ ਇਹ ਮੰਗਤਾ ਇਹ ਭਿਖਾਰੀ ਨਿਤ ਤੇਰੇ ਬੂਹੇ ਤੇ ਆ ਕੇ ਬਹਿੰਦਾ। ਕੀ ਮੰਗਣ ਵਾਸਤੇ? ਨਾਮ ਮੰਗਣ ਵਾਸਤੇ। ਜਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਜਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ। ਜਗ ਕਰੇ ਕਬੂਲ।